ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਜਸਵਿੰਦਰ ਸਿੰਘ ਜੀ ਪੁੱਛਾਂ, ਅੱਜ ਅਸੀਂ ਦਸੂਹਾ ਵਿਖੇ ਪਹੁੰਚੇ ਹਾਂ ਜੀ। ਸਾਡੇ ਭੈਣ ਜੀ ਨੇ ਜੀ, ਇਹਨਾਂ ਨੇ ਸਾਨੂੰ ਹੁਕਮ ਲਾਇਆ ਸੀ ਕਿ ਇਹਨਾਂ ਦੀ ਬੇਟੀ ਪੜ੍ਹਦੀ ਹੈ ਜੀ ਅਤੇ ਫੀਸ ਦੇਣੀ ਪੂਰੇ ਸਾਲ ਦੀ। ਇਹਨਾਂ ਨੇ ਸਾਨੂੰ ਹੁਕਮ ਲਾਇਆ ਸੀ ਕਿ ਬੇਟੀ ਦੀ ਪੂਰੀ ਫੀਸ ਦੇ ਦਿਉ ਤਾਂ ਜੋ ਬੇਟੀ ਪੜ੍ਹ ਸਕੇ ਅਤੇ ਪੜ੍ਹ ਕੇ ਆਪਣੇ ਪੈਰਾਂ 'ਤੇ ਖੜ੍ਹੀ ਹੋ ਸਕੇ, ਆਪਣੇ ਪੈਰਾਂ 'ਤੇ ਖੜ੍ਹੀ ਹੋ ਜਾਏਗੀ ਅਤੇ ਚਲੋ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਦੀ ਹੈ। ਅਤੇ ਜਦੋਂ ਬੇਟੀ ਪੜ੍ਹ ਜਾਂਦੀ ਹੈ, ਪੜ੍ਹ ਕੇ ਪੇਕਿਆਂ ਦਾ ਵੀ ਨਾਮ ਰੋਸ਼ਨ ਕਰੇਗੀ ਅਤੇ ਸਹੁਰਿਆਂ ਦਾ ਵੀ ਨਾਮ ਰੋਸ਼ਨ ਕਰੇਗੀ। ਅਤੇ ਅਸੀਂ ਇਹਨਾਂ ਦੇ ਜਿੰਨੀ ਸਾਨੂੰ ਹੁਕਮ ਲਾਇਆ ਸੀ, ਅਸੀਂ ਪੂਰੀ ਦੀ ਪੂਰੀ ਫੀਸ ਅਸੀਂ ਕਾਲਜ ਦੇ ਆਏ। ਅੰਤਨ ਸ਼੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਫਰਾਂਸ ਵਾਲਿਆਂ ਨੂੰ ਬੇਨਤੀ ਕੀਤੀ ਆਪਣੇ ਵੀਰਾਂ ਨੂੰ, ਅਤੇ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਅਤੇ ਭੈਣ ਜੀ ਵਾਸਤੇ, ਭੈਣ ਜੀ ਦੇ ਬੇਟੀ ਦੀ ਫੀਸ ਵਾਸਤੇ 15,000 ਰੁਪਇਆ ਭੇਜਿਆ। ਅਤੇ ਅਸੀਂ ਉਹ 15,000 ਰੁਪਇਆ ਫੀਸ ਕਾਲਜ ਵਿਖੇ ਜਮ੍ਹਾਂ ਕਰਾਇਆ ਹਾਂ ਜੀ, ਅਤੇ ਆ ਰਸੀਦ ਅਸੀਂ ਭੈਣ ਜੀ ਨੂੰ ਦੇ ਰਹੇ ਹਾਂ ਜੀ। ਅਤੇ ਭੈਣ ਜੀ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ? ਹਾਂਜੀ, ਚਲੋ ਵੀ ਭਾਈ ਨਾ ਸੰਯੋਗ ਦੇ ਨਾਲ ਹੀ ਵੀ ਸਾਡੀ ਬੱਚੀ ਪੜ੍ਹ ਲਏਗੀ, ਉੱਦਾਂ ਨਹੀਂ ਵੀ ਇੰਨੀ ਗੁੰਜਾਇਸ਼ ਬੱਚੀ ਨੂੰ ਪੜ੍ਹਾਉਣ ਵਾਸਤੇ। ਬਹੁਤ ਬਹੁਤ ਧੰਨਵਾਦ ਜੀ ਸ਼੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਫਰਾਂਸ ਵਾਲਿਆਂ ਦਾ, ਜਿਨ੍ਹਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਅਤੇ 15,000 ਰੁਪਇਆ ਸਾਨੂੰ ਭੇਜਿਆ ਅਤੇ ਅਸੀਂ ਫੀਸ ਦੇ ਚੱਲੇ ਹਾਂ ਜੀ। ਬਹੁਤ ਬਹੁਤ ਧੰਨਵਾਦ। ਹਾਂਜੀ ਵਾਹਿਗੁਰੂ ਜੀ, ਆਪਾਂ ਇਹਨਾਂ ਨੂੰ ਮਿਲਦੇ ਹਾਂ, ਕਰਦੇ ਹਾਂ ਗੱਲਬਾਤ। ਹਾਂਜੀ, ਇੱਕ ਬਹੁਤ ਵੀ ਅਸੀਂ ਆਪਣੇ ਨਹੀਂ ਬੱਚੀ ਨੂੰ ਪੜ੍ਹਾ ਸਕਦੇ ਹਾਂ, ਘਰੋਂ ਸਾਡੀ ਮਜਬੂਰੀ ਹੈ, ਬੱਚੀ ਪੜ੍ਹਨਾ ਚਾਹੁੰਦੀ ਹੈ, ਪਰ ਭਾਅ ਜੀ ਉਹਨਾਂ ਨੇ ਬਹੁਤ ਸਾਨੂੰ ਸਹਿਯੋਗ ਦਿੱਤਾ, ਜਿਨ੍ਹਾਂ ਨੇ ਸਾਡੀ ਬੇਟੀ ਹੁਣ ਪੜ੍ਹ ਸਕਦੀ ਹੈ, ਨਹੀਂ ਤਾਂ ਮਜਬੂਰੀ ਸੀਗੀ, ਬੱਚੀ ਨੂੰ ਨਹੀਂ ਪੜ੍ਹਾਉਂਦੇ ਸੀਗੇ। ਵਾਹਿਗੁਰੂ ਜੀ, ਭੈਣ ਜੀ ਹੋਰਾਂ ਨੇ ਸਾਨੂੰ ਹੁਕਮ ਲਾਇਆ ਸੀ ਕਿ ਪੂਰੀ ਦੇ ਪੂਰੀ ਸਾਲ ਦੀ ਪੂਰੀ ਫੀਸ ਦੇ ਦਿਓ। ਅਸੀਂ ਆਪਣੇ NRI ਵੀਰਾਂ ਨੂੰ ਬੇਨਤੀ ਕੀਤੀ, ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ, ਸਾਨੂੰ ਫੀਸ ਭੇਜੀ ਅਤੇ ਅਸੀਂ ਇਹਨਾਂ ਨੂੰ ਅੱਜ ਫੀਸ ਦੇ ਆਏ ਹਾਂ ਕਾਲਜ, ਅਤੇ ਰਸੀਦ ਇਹਨਾਂ ਨੂੰ ਦੇ ਦਿੱਤੀ ਜੀ। ਬਹੁਤ ਬਹੁਤ ਧੰਨਵਾਦ ਸਾਡੇ NRI ਵੀਰਾਂ ਦਾ, ਹੋਰ ਵੀ ਸਹਿਯੋਗੀ ਵੀਰਾਂ ਦਾ ਜਿਹੜੇ ਸਾਡਾ ਸਹਿਯੋਗ ਕਰਦੇ ਨੇ, ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਸਾਡਾ ਸਹਿਯੋਗ ਕਰਦੇ ਨੇ ਜੀ। ਸਾਡੀ ਕੋਈ ਵੀ ਵੀਡੀਓ ਆਪ ਜੀ ਨੇ ਦੇਖਣੀ ਹੋਵੇ ਤਾਂ ਯੂਟਿਊਬ ਉੱਪਰ ਵਾਹਿਗੁਰੂ ਵਾਸਰਾ ਚੈਨਲ ਬਣਿਆ ਹੋਇਆ ਜੀ, ਫੇਸਬੁੱਕ ਵੀ ਉੱਪਰ ਵੀ ਵਾਹਿਗੁਰੂ ਵਾਸਰਾ ਪੇਜ ਬਣਿਆ ਹੋਇਆ ਜੀ, ਆਪ ਜੀ ਉਹਨਾਂ ਨੂੰ ਵੀ ਦੇਖ ਸਕਦੇ ਹੋ ਜੀ। ਅਤੇ ਯੂਟਿਊਬ ਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਜੀ, ਅੱਗੇ ਸ਼ੇਅਰ ਵੀ ਕਰਿਆ ਕਰੋ ਤਾਂ ਜੋ ਹੋਰ ਲੋੜਵੰਦ ਪਰਿਵਾਰ ਸਾਡੇ ਨਾਲ ਜੁੜ ਸਕਣ ਜੀ। ਬਹੁਤ ਬਹੁਤ ਧੰਨਵਾਦ NRI ਵੀਰਾਂ ਦਾ, ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਅਤੇ ਅਸੀਂ ਅੱਜ ਫੀਸ ਦੇ ਕੇ ਅਤੇ ਇਹਨਾਂ ਨੂੰ ਰਸੀਦ ਦੇ ਦਿੱਤੀ ਜੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ।